ਸਤਿ ਸ਼੍ਰੀ ਅਕਾਲ ਕਿਸਾਨ ਵੀਰੋ। ਕਿਸਾਨ ਵੀਰੋ, ਇਹਨਾਂ ਦਿਨਾਂ ਦੇ ਵਿੱਚ ਆ ਕੇ ਅਕਸਰ ਹੀ ਕਿਸਾਨਾਂ ਦੀ ਇਹ ਬੜੀ ਸਮੱਸਿਆ ਬਣ ਜਾਂਦੀ ਹੈ ਵੀ ਸੁੰਡੀ ਵਾਲੀ ਕਦੋਂ ਕਰਨੀ ਹੈ, ਤੇਲੇ ਵਾਲੀ ਕਦੋਂ ਕਰੀਏ, ਫੰਗੀ ਸਾਈਡ ਕਿਹੜਾ ਪਾਈਏ, ਕਦੋਂ ਪਾਈਏ, ਜਾਂ ਫਿਰ 13045 ਜਾਂ 0534 ਦੀ ਦਵਾਈ ਹੈ ਜਿਹੜੀ, ਜਾਂ ਸਪਰੇਅ ਹੈ, ਕਦੋਂ ਕਰੀਏ। ਤਾਂ ਕਿਸਾਨ ਵੀਰੋ, ਇਹਦੇ ਲਈ ਜਿਹੜਾ ਝੋਨੇ ਦਾ ਇੱਕ ਲੰਬਾ ਪ੍ਰੋਸੈਸ ਆ ਉਹ ਪਹਿਲਾਂ ਤੋਂ ਸ਼ੁਰੂ ਹੋ ਜਾਂਦਾ। ਜੇ ਗੱਲ ਕਰੀਏ ਤਾਂ ਝੋਨੇ ਦੀ ਮੁੰਜਰ ਬਾਹਰ ਆਉਣ ਤੋਂ ਪਹਿਲਾਂ ਜਿਹੜੀ ਰਿਪ੍ਰੋਟੈਕਟਿਵ ਫੇਸ ਹੈ ਜਾਂ ਪੈਨੀਕਲ ਇਨੀਸ਼ੀਏਸ਼ਨ ਆ ਉਹ ਸਟਾਰਟ ਹੋ ਜਾਂਦਾ। ਫਿਰ ਮੁੰਜਰ ਜਿਹੜੀ ਹੈ ਬਣਨ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ, ਬੂਟ ਸਟੇਜ ਨੂੰ ਆਪਾਂ ਕਹਿ ਦਿੰਦੇ ਹਾਂ, ਜਦੋਂ ਮੁੰਜਰ ਬਣਦੀ ਹੈ। ਇਹ ਸਾਰੀ ਪ੍ਰਕਿਰਿਆ ਜਿਹੜੀ ਮੁੰਜਰ ਤੋਂ ਬਾਹਰ ਆਉਣ ਤੋਂ ਪਹਿਲਾਂ ਦੀ ਹੈ। ਪਹਿਲਾਂ ਛੋਟੀ ਮੁੰਜਰ ਬਣਦੀ ਹੈ, ਫਿਰ ਉਸ ਤੋਂ ਵੱਡੀ ਮੁੰਜਰ ਜਿਹੜੀ ਪਾਈਪ ਦੇ ਵਿੱਚ ਹੀ ਬਣਦੀ ਹੈ, ਫਿਰ ਜਿਹੜਾ ਪਾਈਪ ਤੋਂ ਮੁੰਜਰ ਬਾਹਰ ਆ ਜਾਂਦੀ ਹੈ ਤੇ ਉਹਦਾ ਕੀ ਆ ਆਪਾਂ ਨਿਸਾਰਾ ਕਹਿ ਦਿੰਦੇ ਹਾਂ, ਨਿਸਾਰਾ ਹੋ ਜਾਂਦਾ। ਉਸ ਤੋਂ ਬਾਅਦ ਜਿਹੜਾ ਆਪਾਂ ਕਹਿ ਦਿੰਦੇ ਝੋਨੇ ਨੂੰ ਬੂਰ ਪੈਂਦਾ ਬਾਹਰ, ਜਦੋਂ ਮੁੰਜਰ ਆਉਂਦੀ ਹੈ ਜਾਂ ਫਲਾਵਰ ਆਉਂਦੇ ਆਪਾਂ ਕਹਿ ਦਿੰਦੇ ਹਾਂ ਬੂਰ ਆ ਗਿਆ ਜਾਂ ਉਹਨੂੰ ਫੁੱਲ ਪੈ ਜਾਂਦਾ। ਉਸ ਤੋਂ ਬਾਅਦ ਦੀ ਸਟੇਜ ਹੈ ਜਿਹੜੀ, ਫਿਰ ਉਹਨੂੰ ਦੁੱਧ ਪੀਣਾ ਸਟਾਰਟ ਹੁੰਦਾ ਉਸੇ ਦਾਣੇ ਨੂੰ, ਜਾਂ ਆਪਾਂ ਕਹੀਏ ਪਹਿਲਾਂ ਉਹ ਪਾਣੀ ਜੇ ਕਲਰ ਦਾ ਹੁੰਦਾ ਹਲਕਾ ਜਿਹਾ ਪਾਣੀ, ਫਿਰ ਦੁਧੀਆ ਹੋ ਜਾਂਦਾ ਤੇ ਫਿਰ ਉਹ ਹਾਰਡ ਹੋ ਕੇ ਦਾਣੇ ਦਾ ਰੂਪ ਧਾਰ ਕਰਨ ਲੈਂਦਾ। ਤਾਂ ਹੁਣ ਇੱਥੇ ਦੇਖਣ ਵਾਲੀ ਗੱਲ ਹੈ ਵੀ ਦਵਾਈਆਂ ਇਸ ਸਟੇਜ ਤੇ ਆ ਕੇ ਕਾਫੀ ਹੁੰਦੀਆਂ, ਇੱਥੇ ਉੱਲੀ ਰੋਗ ਵੀ ਪੈਂਦੇ ਆ ਕਿਉਂਕਿ ਉਹਦਾ ਇੱਕ ਰੀਜਨ ਹੈ। ਦੇਖੋ ਜਿੰਨਾ ਚਿਰ ਸੂਰਜ, ਕਿਉਂਕਿ ਦੁਨੀਆ ਦਾ ਸਭ ਤੋਂ ਵੱਡਾ ਫੰਗੀ ਸਾਈਡ ਜੇ ਕਹੀਏ ਤਾਂ ਉਹ ਸੂਰਜ ਹੈ, ਜਦੋਂ ਸੂਰਜ ਸਿੱਧਾ ਡਾਇਰੈਕਟ ਧਰਤੀ ਦੇ ਪੈਰੋਂ ਹਟ ਜਾਂਦਾ, ਜਾਂ ਦਿਨਾਂ ਦੇ ਵਿੱਚ ਜ਼ਿਆਦਾ ਸੰਘਣਾ ਝੋਨਾ ਹੁੰਦਾ ਜਾਂ ਜ਼ਿਆਦਾ ਯੂਰੀਆ ਦਿੱਤੀ ਹੁੰਦੀ ਹੈ, ਜਾਂ ਸਾਡੇ ਆਸੇ ਪਾਸੇ ਦੀ ਸਫਾਈ ਨਾ ਹੋਣ ਕਰਕੇ ਉਹਦੇ ਰਾਹੀਂ ਜਿਹੜੀਆਂ ਉੱਲੀਆਂ ਕਈ ਤਰ੍ਹਾਂ ਦੀਆਂ ਉੱਲੀਆਂ ਐਕਟਿਵ ਹੋ ਜਾਂਦੀਆਂ, ਜਿਹਦੇ 'ਚ ਫਲ ਸਟੰਮ ਆਪਾਂ ਝੂਠੀ ਡੋਡੀ ਜਾਂ ਡੋਡੀ ਰੋਗ ਵੀ ਕਹਿ ਦਿੰਦੇ ਹਾਂ, ਸ਼ੀ ਥਰੋਟ ਹੈ, ਰੂਟ ਰੋਟ ਹੈ, ਬਲਾਸਟ ਹੈ, ਸ਼ੀਥ ਬਲਾਈਟ ਹੈ, ਕਈ ਤਰ੍ਹਾਂ ਦੇ ਜਿਹੜੇ ਸਮੱਸਿਆਵਾਂ ਇੱਥੇ ਆਉਣੀਆਂ ਸ਼ੁਰੂ ਹੋ ਜਾਂਦੀਆਂ। ਤਾਂ ਹੁਣ ਇੱਥੇ ਦੇਖਣ ਵਾਲੀ ਗੱਲ ਇਹ ਆ ਵੀ ਮੁੰਜਰ ਆਉਣ ਤੋਂ ਜਿਹੜੇ 20-25 ਦਿਨ ਪਹਿਲਾਂ ਜਿਹੜੀ ਅੰਦਰਲੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਇਹ ਵਰਾਇਟੀ ਤੋਂ ਵਰਾਇਟੀ ਵੱਖਰੀ ਹੋ ਸਕਦੀ ਹੈ। ਜਿਵੇਂ ਗੱਲ ਕਰੀਏ ਵੀ ਜਿਹੜੇ 126 ਝੋਨਾ ਖਾਸ ਕਰ ਸਭ ਤੋਂ ਛੋਟੇ ਦਿਨਾਂ ਦਾ 90, 93, 95 ਕੁ ਦਿਨ ਦੀ ਵਰਾਇਟੀ ਹੈ, ਟ੍ਰਾਂਸਪਲਾਂਟਿੰਗ ਤੋਂ ਬਾਅਦ ਜਾਂ ਆਪਾਂ ਕਹੀਏ ਬਹੁਤ ਪੱਟ ਕੇ ਲਾਉਣ ਤੋਂ ਬਾਅਦ, ਤਾਂ ਉਹਨਾਂ ਦੇ ਵਿੱਚ ਜਿਹੜੀ ਇਹ ਪ੍ਰਕਿਰਿਆ 18-20 ਦਿਨਾਂ 'ਚ ਪੂਰੀ ਹੋ ਜਾਂਦੀ ਹੈ ਜਿਹੜੀ ਪਾਈਪ ਦੇ ਅੰਦਰਲੀ ਹੈ। ਤੇ ਪਾਈਪ ਬਾਹਰ ਆਉਣ ਤੋਂ ਬਾਅਦ ਜਿਹੜੀ ਤਕਰੀਬਨ ਹਰ ਇੱਕ ਦੀ ਸੇਮ ਹੀ ਰਹਿੰਦੀ ਹੈ, ਉਹਦੇ 'ਚ ਕੋਈ ਲਾ ਲਓ ਤੁਸੀਂ 30-35 ਦਿਨਾਂ ਦਾ ਉਹ ਵਕਫਾ ਹੁੰਦਾ ਜਦੋਂ ਤੁਹਾਡਾ ਝੋਨਾ ਫਿਰ ਕੱਟਣ ਲਈ ਤਿਆਰ ਹੋ ਜਾਂਦਾ ਹੈਗਾ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਹੀ ਆਪਾਂ ਕੋਈ ਵੀ ਦਵਾਈ ਹੈ ਜਿਹੜੀ, ਕੋਈ ਵੀ ਆਪਾਂ ਇਹਦੇ 'ਤੇ ਪੈਸਟੀਸਾਈਡ ਆ ਜਾਂ ਕੋਈ ਇਹਦੇ 'ਤੇ ਫੰਗੀਸਾਈਡ ਆ ਜਾਂ ਇਹਦੇ 'ਤੇ ਕੋਈ ਤਾਕਤ ਵਾਲਾ, ਤਾਂ ਇਹਨਾਂ ਚੀਜ਼ਾਂ ਨੂੰ ਸਮਝ ਕੇ ਹੀ ਵਰਤਣਾ ਪਊਗਾ। ਕਿਉਂਕਿ ਜਿੰਨੀਆਂ ਤੁਸੀਂ ਦਵਾਈਆਂ ਤਾਕਤ ਲਈ ਜਾਂ ਆਪਾਂ 13045-0534 ਕਹੀਏ ਤਾਂ ਉਹ ਉਸ ਸਟੇਜ 'ਤੇ ਹੀ ਹੋਣੀਆਂ ਚਾਹੀਦੀਆਂ ਨੇ ਜਦੋਂ ਤੁਹਾਡੀ ਮੁੰਜਰ ਬਾਹਰ ਆਉਣ ਤੋਂ ਪਹਿਲਾਂ ਵਾਲੀ ਜਿਹੜੀ ਸਟੇਜ ਹੈਗੀ, ਜਿਹਦੇ ਵਿੱਚ ਪੈਨੀਕਲ ਇਨੀਸ਼ੀਏਸ਼ਨ ਤੋਂ ਲੈ ਕੇ ਜਾਂ ਬੂਟ ਸਟੇਜ ਤੱਕ ਜਾਂ ਫਿਰ ਮੁੰਜਰ ਵੱਡੀ ਛੋਟੀ ਤੱਕ, ਜਿਹੜੀਆਂ ਉਸ ਤੋਂ ਬਾਅਦ ਦੀਆਂ ਦਵਾਈਆਂ ਨੇ ਉਹਦੇ ਵਿੱਚ, ਜਿਵੇਂ ਹੁਣ ਆਪਾਂ ਫੰਗੀਸਾਈਡ ਦੀ ਗੱਲ ਕਰੀਏ ਤਾਂ ਫੰਗੀਸਾਈਡ, ਜੇ ਡੋਡੀ ਦੀ ਗੱਲ ਕਰੀਏ ਇੱਥੇ ਫਾਲ ਸਟੰਮ ਦੀ, ਤਾਂ ਡੋਡੀ ਲਈ ਪਹਿਲਾਂ ਕਾਪਰ ਆਪਾਂ ਕਰ ਦਿੰਦੇ ਹਾਂ, COC ਕਾਪਰ ਆਕਸੀ ਕਲੋਰਾਈਡ ਕਹਿ ਦਿੰਦੇ ਆ, ਜਿਹੜਾ ਇਕੱਲਾ ਹੀ ਹੁੰਦਾ ਕਿਸੇ ਦਵਾਈ 'ਚ ਮਿਕਸ ਨਹੀਂ ਹੁੰਦਾ, ਜਾਂ ਅੱਜ ਕੱਲ੍ਹ ਉਹਦਾ ਵਧੀਆ ਰਿਜ਼ਲਟ ਹੈਗਾ ਕੋਸਾਈਡ ਦਾ, ਜਿਹਦੇ 'ਚ ਹਾਈਡਰੋਕਲੋਰਾਈਡ ਹੈ, ਕਾਪਰ ਹਾਈਡਰੋਕਲੋਰਾਈਡ ਫਾਰਮ ਦੇ ਵਿੱਚ ਹੈ, ਤਾਂ ਉਸ ਦਾ ਵੀ ਰਿਜ਼ਲਟ ਉਹਦੇ ਠੀਕ ਆ ਜਾਂਦਾ। ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਵੀ ਤੁਹਾਡੇ ਏਰੀਏ 'ਚ ਜਾਂ ਤੁਹਾਡੇ ਵਾਹਨ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਫੰਗਸ ਲਈ, ਤਾਂ ਉਹਦੇ ਲਈ ਬਹੁਤ ਵਧੀਆ ਦਵਾਈਆਂ ਮਾਰਕੀਟ ਦੇ ਵਿੱਚ ਹੈਗੀਆਂ, ਤਾਂ ਉਹ ਮਾਰਾ ਨਾ ਰਹਿ ਕਰਕੇ ਜਾਂ ਮੌਕੇ 'ਤੇ ਆਪਦੀ ਸਮੱਸਿਆ ਨੂੰ ਦੇਖਦੇ ਹੋਏ ਉਹ ਦਵਾਈਆਂ ਜਿਹੜੀਆਂ ਤੁਸੀਂ ਵਰਤ ਸਕਦੇ ਹੋ। ਤਾਂ ਝੋਨਾ ਜਿਹੜਾ ਇਹਨੂੰ ਸਟੇਜ ਨੂੰ, ਇਹਦੀ ਨੂੰ ਸਟਾਰਟਿੰਗ ਨੂੰ ਕਾਫੀ ਸਮਝਣਾ ਪਊਗਾ।
ਕਿਉਂਕਿ ਮੁੰਜਰ ਬਾਹਰ ਆਉਣ ਤੋਂ ਪਹਿਲਾਂ ਦੀਆਂ ਪ੍ਰਕਿਰਿਆਵਾਂ ਜਦੋਂ ਤੁਸੀਂ ਸਮਝ ਗਏ ਤਾਂ ਉਸ ਤੋਂ ਬਾਅਦ ਜਿਹੜੀ ਤੁਹਾਡੀ ਖੇਤੀ ਆ ਉਹ ਤੁਹਾਨੂੰ ਕਰਨੀ ਜਿਹੜੀ ਸੌਖੀ ਹੋਜੂ। ਹਰ ਇੱਕ ਕਿਸਮ ਦੇ ਵਿੱਚ ਵੱਖਰੇ ਵੱਖਰਾ ਟਾਈਮ ਰਹੂਗਾ ਨਸਾਰੇ ਦਾ। ਜੇ ਆਪਾਂ ਗੱਲ ਕਰੀਏ 26 ਦੀ ਤਾਂ ਜਿਹੜੀ ਇਹਦੀ ਪੈਨੀਕਲ ਇਨੀਸ਼ੀਏਸ਼ਨ ਦੀ ਜਿਹੜੀ ਪ੍ਰਕਿਰਿਆ ਉਹ 50-55 ਦਿਨ ਤੇ ਸ਼ੁਰੂ ਹੋ ਜਾਂਦੀ ਹੈ, ਜਿਹਦੇ 5 ਦਿਨ ਪਲੱਸ ਮਾਈਨਸ ਹੋ ਸਕਦੇ ਆ। ਅਸੀਂ 131 ਦੀ ਗੱਲ ਕਰੀਏ ਤੇ 65-70 ਦਿਨ ਤੇ 5 ਦਿਨ ਪਲੱਸ ਮਾਈਨਸ ਹੋ ਸਕਦੇ ਆ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਣ ਤੋਂ ਬਾਅਦ ਹੀ ਜਿਹੜੇ ਡਿਸੀਜਨ ਹੈ ਉਹ ਆਪਾਂ ਦਵਾਈ ਦੇ ਲੈ ਸਕਦੇ ਹਾਂ। ਤਾਂ ਕਿਸਾਨ ਵੀਰੋ, ਅਗਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ।